ਜਸਵੀ ਇੱਕ ਚੀਜ਼ ਦੇਖੀ ਜਾਂਦੀ ਹੈ ਵੀ ਅਗਰ ਆਪਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਪਹਿਲਾਂ ਧੀਆਂ ਦੁੱਖ ਸਮਾਪਤ ਸੀਗੇ, ਲੇਕਿਨ ਹੁਣ ਦੀ ਸੋਚ ਬਦਲ ਰਹੀ ਹੈ, ਹੁਣ ਮਾਪਿਆਂ ਦੀ ਸੋਚ ਬਦਲ ਰਹੀ ਹੈ, ਧੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਹੁਣ ਤੁਸੀਂ ਲੈਫਟੀਨੈਂਟ ਜਸਪ੍ਰੀਤ ਕੌਰ ਬਣ ਚੁੱਕੇ, ਜਸਪ੍ਰੀਤ ਕੌਰ ਤੋਂ ਲੈਫਟੀਨੈਂਟ ਜਸਪ੍ਰੀਤ ਕੌਰ ਕਿਸ ਤਰ੍ਹਾਂ ਦੇ ਰਹੇ, ਸਫ਼ਰ ਕਿਸ ਤਰ੍ਹਾਂ ਰਹਿੰਦਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਰ ਮੈਂ ਤਾਂ ਇਹੀ ਕਹੂੰਗੀ ਕਿ ਸੁਪਨੇ ਬੜੇ ਦੇਖੋ, ਅਤੇ ਅੱਜ ਦੀ ਜਨਰੇਸ਼ਨ ਇਹੋ ਜਿਹਾ ਕੁਛ ਨਹੀਂ ਹੈ ਕਿ ਜਿਹੜੀ ਕੁੜੀ ਨਹੀਂ ਕਰ ਸਕਦੀ। ਕੁੜੀਆਂ ਸਭ ਕੁਛ ਕਰ ਸਕਦੀਆਂ ਨੇ, ਪਰ ਉਹਦੇ ਲਈ ਉਹਨੂੰ ਆਪਣੇ ਪਰਿਵਾਰ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹਦੀ ਫੈਮਿਲੀ ਨੂੰ ਉਹਦਾ ਪਲੇਟਫਾਰਮ ਦੇਣਾ ਪੈਣਾ, ਉਹਨੂੰ ਸਪੋਰਟ ਦੇਣੀ ਪੈਣੀ ਹੈ, ਜਿਹਦੀ ਵਜ੍ਹਾ ਨਾਲ, ਜਿਹਦੀ ਮਦਦ ਨਾਲ ਉਹ ਅੱਗੇ ਆਪਣੇ ਸੁਪਨਿਆਂ ਨੂੰ ਸੱਚ ਕਰੂਗੀ। ਅਤੇ ਇਹੋ ਜਿਹਾ ਕੁਛ ਨਹੀਂ ਹੈ ਜਿਹੜੇ ਕੁੜੀ ਨਹੀਂ ਕਰ ਸਕਦੀ। ਕੁੜੀਆਂ ਹਰ ਫੀਲਡ 'ਚ ਅੱਗੇ ਨੇ, ਗੇਮਸ, ਸਟੱਡੀ, ਸਪੋਰਟਸ, ਐਵਰੀਥਿੰਗ। ਪੰਚਕੂਲਾ ਤੋਂ ਪੰਜਾਬ, ਨਾਨੀ ਦਾ ਸਾਥ, ਮਾਂ ਬਾਪ ਦਾ ਸਾਥ, ਕਿਸ ਤਰ੍ਹਾਂ ਦੇ ਪੂਰੇ ਇੱਕ ਸਫ਼ਰ ਹੁੰਦਾ ਹੈ। ਹੁਣ ਪੰਚਕੂਲਾ ਤੋਂ ਪੰਜਾਬ ਦਾ ਸਫ਼ਰ, ਅੱਜ ਪੰਜਾਬ ਤੋਂ ਆਲ ਓਵਰ ਇੰਡੀਆ ਦੇ ਵਿੱਚ ਇੱਕ ਆਰਮੀ ਦੇ ਵਿੱਚ ਆ ਚੁੱਕੇ ਹੋ, ਹਾਲਾਂਕਿ ਕਾਫ਼ੀ ਔਖੀ ਚੀਜ਼ ਹੈ ਇਸ ਚੀਜ਼ ਨੂੰ ਕੰਪਲੀਟ ਕਰਨਾ। ਕਿਸ ਤਰ੍ਹਾਂ ਦੇ ਪੂਰੇ ਸਫ਼ਰ? ਸਫ਼ਰ ਰੋਲਰ ਕੋਸਟਰ ਰਾਈਡ ਸੀਗੀ ਸਰ, ਅਪਸ ਐਂਡ ਡਾਊਨ ਸੀਗੇ, ਬਟ ਸਾਨੂੰ ਅਪਸ ਦਾ ਵੀ ਮਜ਼ਾ ਉਦੋਂ ਹੀ ਆਉਂਦਾ ਜਦ ਤੁਸੀਂ ਕੁਛ ਡਾਊਨ ਦੇਖੇ ਹੁੰਦੇ ਹੈ। ਸਾਨੂੰ ਪਤਾ ਹੁੰਦਾ ਕਿ ਤੁਸੀਂ ਕਿਸੇ ਵੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਮਿਹਨਤ ਤਾਂ ਕਰਨੀ ਪੈਂਦੀਆਂ ਨੇ, ਔਕੜਾਂ ਆਉਂਦੀਆਂ ਹੀ ਨੇ, ਔਕੜਾਂ ਕ੍ਰੋਸ ਕਰਨੀਆਂ ਪੈਂਦੀਆਂ ਨੇ ਤਾਂ ਹੀ ਤੁਸੀਂ ਮੰਜ਼ਿਲ 'ਤੇ ਪਹੁੰਚਦੇ ਹੋ। ਤੁਹਾਡਾ ਨਾਮ ਕੀ ਜੀ? ਕਰਨਜੀਤ ਕੌਰ। ਅੱਛਾ, ਅੱਜ ਬੇਟੀ ਲੈਫਟੀਨੈਂਟ ਬਣ ਚੁੱਕੇ ਨੇ, ਇੰਡੀਅਨ ਆਰਮੀ ਵਿੱਚ ਆ ਚੁੱਕੇ ਨੇ, ਕਿਸ ਤਰ੍ਹਾਂ ਦੇਖਦੇ ਹਾਂ? ਕਿਉਂਕਿ ਇੱਕ ਬੜੀ ਪਹਿਲ ਕੀਤੀ ਗਈ ਹੈ ਬੱਚੀ ਵੱਲੋਂ, ਜਿਹਨਾਂ ਨੇ ਇੱਕ ਇਤਿਹਾਸ ਲਿਖ ਦਿੱਤਾ ਗਿਆ, ਨਾਮ ਵੀ ਰੋਸ਼ਨ ਕਰਦੇ, ਕਿਸ ਤਰ੍ਹਾਂ ਦੇ ਇਸ ਚੀਜ਼ ਨੂੰ? ਸਰ ਮੈਂ ਬਹੁਤ ਖੁਸ਼ ਹਾਂ, ਜਿਹੜਾ ਪਲੇਟਫਾਰਮ ਮੈਨੂੰ ਨਹੀਂ ਮਿਲਿਆ ਸੀ ਬੇਟੀ ਨੂੰ ਮਿਲ ਗਿਆ, ਬਹੁਤ ਕਿਰਪਾ ਹੋਈ ਪਰਮਾਤਮਾ ਦੀ, ਮੈਂ ਧੰਨਵਾਦ ਕਰਦੀ ਹਾਂ ਉਸ ਪਰਮਾਤਮਾ ਦਾ। ਹਰ ਮਾਂ ਬਾਪ ਆਪਣੇ ਬੱਚੇ ਨੂੰ ਵਧੀਆ ਪੜ੍ਹਾਉਣ, ਬੇਟੀਆਂ ਨੂੰ। ਇੱਕ ਚੀਜ਼ ਦੇਖੀ ਗਈ ਵੀ ਤੁਸੀਂ ਬੱਚੇ ਦੀ ਹਰ ਚੀਜ਼ ਸੰਭਾਲ ਕੇ ਰੱਖੀ ਸੀਗੀ, ਸਕੂਲ ਦੇ ਕੁਐਸਚਨ ਪੇਪਰ ਤੋਂ ਲੈ ਕੇ ਅਖਬਾਰ ਦੀਆਂ ਜਿਹੜੀਆਂ ਫੋਟੋਆਂ ਸੁਰਖੀਆਂ ਦੇ ਵਿੱਚ ਬਣੀ ਰਹੀ ਬੇਟੀ, ਉਹ ਸਾਰੀ ਚੀਜ਼ ਦੀ ਕਟਿੰਗ ਰੱਖਣਾ, ਇੱਕ ਮਾਂ ਦੇ ਦਿਲ 'ਚ ਹੁੰਦਾ ਵੀ ਆਪਣੇ ਬੇਟੀ ਨੂੰ ਹਾਈਲਾਈਟ ਹੁੰਦੇ ਦੇਖਣਾ, ਕਿਸ ਤਰ੍ਹਾਂ ਦੇ ਨੇ ਪੂਰੀ ਚੀਜ਼ ਨੂੰ ਕੁਐਸਚਨ ਪੇਪਰ ਤੱਕ ਸੰਭਾਲ ਕੇ ਰੱਖਣਾ? ਸਰ ਮੈਨੂੰ ਬਹੁਤ ਚਾਅ ਸੀਗਾ ਅੰਦਰ 'ਤੇ ਕਿ ਹਾਈਲੀ ਐਜੂਕੇਟਡ ਹੋਣ ਬੇਟੀਆਂ, ਇਸ ਕਰਕੇ ਮੈਂ ਸਾਰੀ ਚੀਜ਼ ਸਾਂਭ ਕੇ ਰੱਖਦੀ ਸੀ, ਅਤੇ ਮੈਂ ਫੀਲ ਕਰਦੀ ਸੀ ਵੀ ਕਦੇ ਉਹ ਦਿਨ ਮੇਰੇ ਕੋਲ ਵੀ ਆਊਗਾ। ਪਰਮਾਤਮਾ ਦੀ ਇਸ ਤਰ੍ਹਾਂ ਦੀ ਕਿਰਪਾ ਹੋ ਗਈ, ਅੱਜ ਹੋ ਗਈ ਹੈ ਸਰ। ਜਿਸ ਤਰ੍ਹਾਂ ਦੱਸ ਕਿ ਪੰਚਕੂਲੇ ਤੋਂ ਪੰਜਾਬ ਵੱਲ ਆਏ ਤਾਂ ਸਾਰਾ ਪਰਿਵਾਰ ਜੋ ਨਾਨੀ ਕੋਲ ਰਿਹਾ, ਅਤੇ ਕਿਸ ਤਰ੍ਹਾਂ ਦਾ, ਕਿਉਂਕਿ ਨਾਨੀ ਦੇ ਦੋਧੇ ਦੋਧੀਆਂ ਦਾ ਬੇਟੀਆਂ ਦਾ ਕਾਫ਼ੀ ਹੁੰਦਾ, ਕਿਸ ਤਰ੍ਹਾਂ ਪੂਰਾ ਚੀਜ਼ ਨੂੰ ਦੇਖਦੇ ਹੋ ਵੀ ਪੰਚਕੂਲੇ ਤੋਂ ਪੰਜਾਬ ਵੱਲ ਆਉਣਾ, ਫਿਰ ਅਪ ਐਂਡ ਡਾਊਨ ਦੇਖਣੇ ਪੈਂਦੇ ਫੈਮਲੀ ਦੇ ਵਿੱਚ, ਫਿਰ ਅੱਜ ਇਸ ਮੁਕਾਮ 'ਤੇ ਪਹੁੰਚਣਾ ਬੇਟੀ ਦਾ? ਸਰ ਜਦੋਂ ਮੰਮੀ ਕੋਲ ਆਏ ਬਹੁਤ ਸੈਕਰੀਫਾਈਸ ਕੀਤਾ, ਪਰ ਮੈਂ ਉਹ ਚੀਜ਼ ਦੇਖੀ ਕਿ ਜੇ ਕੁਛ ਵੀ ਨਹੀਂ ਹੈ ਕਿਸੇ ਵੀ ਕੋਲ, ਗੌਰਮੈਂਟ ਸਕੂਲ 'ਚ ਪਾਏ ਅਤੇ ਪਾਓ, ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਨਾਂ ਦੀ ਚੰਗੀ ਪਰਵਰਿਸ਼ ਕਰੋ, ਕਿਸੇ ਨਾ ਕਿਸੇ ਦਿਨ ਜਦੋਂ ਬੱਚੇ ਕਾਮਯਾਬ ਹੁੰਦੇ ਆ ਤਾਂ ਖੁਸ਼ੀ ਮਿਲਦੀ ਹੈ। ਵਧੀਆ ਕਰੋ, ਵਧੀਆ ਉਹਨਾਂ ਨੂੰ ਖਾਣਾ ਦਿਓ, ਵਧੀਆ ਉਹਨਾਂ ਨੂੰ ਮਾਹੌਲ ਦਿਓ, ਅਤੇ ਕਦੇ ਉਹਨਾਂ ਨੂੰ ਇਹ ਨਾ ਕਹੋ ਤੁਸੀਂ ਕੁੜੀਆਂ ਤੁਸੀਂ ਨਹੀਂ ਕਰ ਸਕਦੀਆਂ। ਆਖਿਰ 'ਚ ਕਿਆ ਮੈਸੇਜ ਕਿਆ ਦੇਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ, ਸਾਰਿਆਂ ਨੂੰ ਜਿਹੜੇ ਹੈਗੇ ਨੇ? ਸਰ ਮੈਂ ਮੁੰਡੇ ਔਰ ਕੁੜੀਆਂ ਦੋਨਾਂ ਨੂੰ ਕਹਿੰਦੀ ਹਾਂ ਕਿ ਇੱਕ ਪੜ੍ਹਨ ਦੀ ਉਮਰ ਹੁੰਦੀ ਹੈ, ਸਮਾਂ ਮੁੜ ਕੇ ਹੱਥ ਨਹੀਂ ਆਉਂਦਾ, ਚੜ੍ਹਿਆ ਵੀ ਉੱਤਰ ਜਾਂਦਾ ਹੈ, ਕਦੇ ਆਪਣਾ ਜਿਹੜੀ ਮਨ ਦੀ ਅੰਦਰ ਖਾਹਿਸ਼ ਹੈ ਉਹਨੂੰ ਨਾ ਦਬਾਓ, ਪੜ੍ਹਦੇ ਰਹੋ, ਕਿਸੇ ਨਾ ਕਿਸੇ ਰੂਪ 'ਚ ਆ ਕੇ ਪਰਮਾਤਮਾ ਮਦਦ ਕਰਦਾ ਹੈ। ਅੱਜ ਦੇ ਟਾਈਮ 'ਚ ਬਹੁਤ ਇਹੋ ਜਿਹੇ ਸੱਜਣ ਬੈਠੇ ਹੈ ਜਿਹੜੇ ਆ ਕੇ ਤੁਹਾਡੀ ਮਦਦ ਕਰਦੇ ਆ, ਬਹੁਤ ਸੰਸਥਾ ਹੈਗੀਆਂ, ਪੜ੍ਹਨ 'ਤੇ ਕਦੇ ਵੀ ਪਿੱਛੇ ਨਾ ਹੋ, ਜਿਸ ਤਰ੍ਹਾਂ ਮਰਜ਼ੀ ਦੇ ਸਰਕਮਸਟਾਂਸਿਸ ਹੋਣ। ਓਕੇ।